ਕੱਲ ਲੋੜੀ ਤਾਂ ਲੰਘ ਗਈ, ਤੁਸੀਂ ਅਜੇ ਵੀ ਮੰਗੀ ਜਾਂਦੇ ਹੋ। ਆ ਬਾਬਾ ਮੈਨੂੰ ਗਜਨੀ ਲੱਗਦਾ। ਸਰਦਾਰ ਜੀ ਗਜਨੀ ਹੈ? ਆ ਤਾਂ ਜੀ ਬਾਜੇ ਵਾਲੇ ਜਿਹੜੇ ਬੁੱਕ ਕੀਤਾ ਸੀ। ਉਹ ਅੱਛਾ ਅੱਛਾ ਅੱਛਾ, ਆ ਜਾਓ ਜੀ ਆ ਜਾਓ। ਉਹ ਲਿਆਓ ਵੀ ਮੁੰਡਿਆਂ ਲਈ ਪਾਣੀ ਪੂਣੀ ਲਿਆਓ ਯਾਰ। ਸੋਟੀ ਪੈਣਾ ਅੰਕਲ ਜੀ, ਆ ਕੀ ਕਰੀਏ ਨਾ, ਉਹ ਦੂਈ ਲੱਤ ਤਾਹੀ ਹੈ। ਉਸਤਾਦ ਤੂੰ ਬਹਿ ਜਾ ਯਾਰ। ਹਾਂ ਵੀ ਕਾਕਾ, ਹੁਣ ਦੱਸੋ ਕੀ ਕੰਮ ਕੁੰਮ ਕਰਦੇ ਹੋ? ਲੈਂਟਰ ਪਾਉਂਦੇ ਆ ਜੀ, ਅਸੀਂ ਤਾਂ ਅੰਕਲ ਸਾਰੇ ਕੰਮ ਕਰ ਲੈਂਦੇ ਹਾਂ ਜੀ, ਤੁਸੀਂ ਦੱਸੋ ਕਿਆ ਕਰਾਉਣਾ। ਸਹੀ ਗੱਲ ਹੈ ਜੀ, ਉਹ ਪ੍ਰੋਗਰਾਮ ਵੀ ਦੱਸ ਦਿੰਦਾ ਕਾਕਾ, ਐਲੋਡੀਸ਼ਨ ਤਾਂ ਦਿਓ। ਹਾਂਜੀ ਹਾਂਜੀ। ਬਾਬਾ ਮੈਨੂੰ ਅੰਨੀ ਵਲੀ ਦਾ ਬਣਿਆ ਲੱਗੀ ਜਾਂਦਾ। ਉਹ ਕੀ ਕਹਿੰਦੇ ਹੋ ਕਾਕਾ? ਕੁਛ ਨਹੀਂ ਕੁਛ ਨਹੀਂ, ਉਸਤਾਦ ਜੀ ਤਾਂ ਪੋਜੀਸ਼ਨ ਲੈਣ ਨੂੰ ਕਹਿੰਦੇ ਤੇ ਜੀ। ਲੈ ਬਾਈ ਪੰਜਵਾਂ ਕਾਲਾ ਰੱਖ, ਪੰਜਵਾਂ। ਨਾ ਨਾ ਕਾਕਾ, ਇੱਥੇ ਕੋਈ ਕਾਲਾ ਪੀਲਾ ਨਾ ਰੱਖਿਓ। ਨਾ ਨਾ ਜੀ, ਸਟਾਰਟ ਲੱਗਿਆ ਜੀ ਕਰਨ। ਬਾਹਰ ਗਾਈਆਂ ਆ ਗਿਆ ਯਾਰ। ਹਾਂ ਬਈ ਕਾਕਾ, ਕੋਈ ਵਿਆਹ ਸ਼ਾਦੀ ਵਾਲਾ ਗਾਣਾ ਸੁਣਾਓ। ਅਕਸਰ ਨੂੰ ਮੇਰੀ ਕੁੜੀ ਦਾ ਵਿਆਹ ਹੈ। ਠੀਕ ਹੈ ਜੀ। ਦੁਲੇ ਕਾ ਸਹਰਾ ਸੁਹਾਨਾ ਲਗਤਾ ਹੈ, ਦੁਲਹਨ ਕਾ ਤੋ ਦਿਲ ਦੀਵਾਨਾ ਲਗਤਾ ਹੈ। ਓ ਵਾ 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 ਵਾ, ਮੁੰਡੇ ਨੂੰ ਨਜ਼ਾਰਾ ਲਾਤਾ। ਓ ਲਿਆ ਵੀ ਭਾਗਵਾਨ ਨੇ 170 ਰੁਪਿਆ, ਤੇ ਦੇ ਮੁੰਡਿਆਂ ਨੂੰ ਸਾਈ ਤੇ ਬੁੱਕ ਕਰੀਏ। ਚਲੋ ਠੀਕ ਹੈ ਕਾਕਾ, 29 ਤਰੀਕ ਨੂੰ ਆ ਜਾਓ, ਵਿਆਹ ਤੇ ਹੀ ਮਿਲਾਂਗੇ। ਅੱਜ ਤਾਂ ਬਾਈ ਨਜ਼ਾਰਾ ਆ ਗਿਆ ਬਾਜ਼ਾਰ ਚ ਗੇੜੀ ਮਾਰ ਕੇ। ਹੋਰ ਹੋਰ ਯਾਰ, ਅੱਜ ਤਾਂ ਰੌਣਕਾਂ ਫੁੱਲ ਸੀ ਬਾਜ਼ਾਰ ਚ। ਉਹ ਕੀ ਹੋ ਗਿਆ, ਇੱਥੇ ਕਿਉਂ ਰੋਕ ਲਿਆ? ਮੋਟਰਸਾਈਕਲ ਬੰਦ ਹੋ ਗਿਆ ਯਾਰ। ਓਏ ਦਿੱਤਾ, ਉਹ ਜਾਣ ਪੈਣ ਵੱਟ ਹੈ ਪੰਡ ਯਾਰ, ਹੁਣ ਇਹਨੂੰ ਕਿਆ ਮੌਤ ਪੈ ਗਈ ਯਾਰ? ਮੈਨੂੰ ਕਿਆ ਪਤਾ, ਖੜੇ ਜਾਂਦੀ ਆ ਮਸ਼ੀਨਰੀ। ਅੱਛਾ ਜਾਣ, ਫਿਰ ਮੈਨੂੰ ਲੱਗਦਾ ਇਹਦੇ ਵਿੱਚ ਤੇਲ ਮੁੱਕ ਗਿਆ। ਬ੍ਰੋ ਹੁਣ ਕੀ ਕਰੀਏ, ਪੰਪ ਤਾਂ ਬਹੁਤ ਦੂਰ ਆ। ਜਾਣ ਫਿਰ ਕਰਨਾ ਕੁਝ ਨਹੀਂ ਹੈ, ਸਾਡਾ ਚੱਲਦਾ ਏ ਧੱਕਾ, ਅਸੀਂ ਤਾਂ ਕਰਦੇ। ਚਲੋ ਫਿਰ ਲਾਓ ਧੱਕਾ। ਕੋਈ ਹਸੀਨਾ ਜਬ ਰੂਠ ਜਾਤੀ ਹੈ ਤੋ ਔਰ ਵੀ ਹਸੀਨ। ਉਹ ਹੁਣ ਕੀ ਹੋ ਗਿਆ ਯਾਰ? ਉਹ ਸਾਲਿਆ ਪਿੱਛੇ ਕੁੜੀਆਂ ਆ ਰਹੀਆਂ, ਐਨਕਾਂ ਲਾ ਲੈ। ਬਾਬੇ ਆ ਤਾਂ ਗੋਲ ਗੱਪੇ ਲੱਗ ਗਿਆ ਖਾਣ। ਚੱਲ ਫਿਰ ਪਵੀ ਚੱਲਦੇ ਆ ਖਾਣ। ਜੇਬ ਚ 50 ਰੁਪਏ ਹੈ, ਜਾਂ ਤਾਂ ਤੇਲ ਪਵਾ ਲੈ ਜਾਂ ਗੋਲ ਗੱਪੇ ਖਾ ਲੈ। ਨਹੀਂ ਮੇਰੇ ਤਾਂ ਵੈਸੇ ਡਾਕਟਰ ਨੇ ਬੰਦ ਕਰੇ ਵੇ ਯਾਰ। ਬੰਦ ਕਰੇ ਵੇ ਨਾ, ਬਸ ਫਿਰ ਚੁੱਪ ਕਰਕੇ ਦੇਖ ਉਹਨਾਂ ਨੂੰ। ਭਈਆ ਮੇਰੇ ਵਾਲੇ ਮੈਂ ਤੀਖਾ ਹੀ ਰੱਖਣਾ। ਭਈਆ ਮੇਰੇ ਵਾਲੇ ਮੈਂ ਤਾਂ ਮੀਠਾ ਹੀ ਰੱਖਣਾ। ਉਹ ਦੇਖੋ ਦੇ ਕਿਵੇਂ ਨਖਰੇ ਕਰਦੀਆਂ ਯਾਰ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਇਹਨਾਂ ਨੂੰ ਕਿਆ ਸਵਾਦ ਲੱਗਦੇ ਗੋਲ ਗੱਪੇ? ਸਵਾਦ ਤਾਂ ਲੱਗਣੇ ਆ, ਥੱਲੇ ਦੇਖ ਥੱਲੇ। ਬਾਬੇ ਤਾਂ ਹੀ ਨਹੀਂ ਇਹਨਾਂ ਨੂੰ ਖੱਟੇ ਮਿੱਠੇ ਦਾ ਪਤਾ ਲੱਗਦਾ ਯਾਰ। ਕੱਲ ਰਾਤ ਮੈਂ ਵੀ ਖਾ ਕੇ ਗਿਆ ਤਾਂ। ਮੇਰੇ ਕੋਲ ਨਾ ਖਾਈਆਂ ਚ ਰੋਟੀ। ਧੱਕਾ ਲਾ। ਥੈਂਕ ਯੂ ਸੋ ਮਚ ਭਈਆ, ਆਪਕੇ ਹੱਥੋਂ ਮੈਂ ਤਾਂ ਜਾਦੂ ਹੈ। ਬਾਜੜਾ ਤਾਂ ਪੂਰੇ ਚੱਕਵੇ ਕਰ ਰੱਖਿਆ ਜੀ ਆਪਾਂ, ਵਿਆਹ ਚ ਕੋਈ ਕਮੀ ਨੀ ਰਹਿਣ ਦੇਣੀ ਆਪਾਂ। ਓਏ ਬਾਈ ਸਾਨੂੰ ਤਾਂ ਬੁਲਾ ਦੇ, ਕਿੱਥੇ ਲੈ ਕੇ ਜਾਈਏ ਇੰਨੇ ਠੰਡੇ? ਹਟ ਜਾ ਜਾ। ਦੇਖ ਬਾਬੇ ਕਿੱਥੇ ਮੂਦ ਕਰਦਾ, ਕੋਲ ਨੂੰ ਕੱਢ ਸਾਲੇ ਨੂੰ ਡਰਾਵਾ। ਠਾ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਦੱਸ ਜਾ।
सावरकोटी साहब हो गए जी, मास्टर सलीम हो गए जी, इन्हां दी आवाज विच दर्द है जी। थोड़े बुढ़े दे व्याह ते मास्टर सलीम लगा सीगा, दफा दे दो मेरे तो। अंकल जी पेमेंट तो दो जी। पैसे मंगदी यार। ओ साडे कोल किथे पैसे, शर्म नहीं आंदी मासी नूं पैसे मंगदी नूं। मासी दे ओ पैसे है यार। फिर तन्नू नहीं शर्म आंदी? आंदी है बाबे। फिर की आपां करी दियो नहीं है यार। मेरा तो दिल करता अपने को बहुत सारा पैसा होवे। पैसा ये ता ऐश है बाबे। पैसा ये ता कुड़िया है बाबे। पैसा ये ता गड्डी है बाबे। पैसा ये ता सब कुछ है बाबे। बाबे पैसा। मैं भी ता पैसे दियो गल करी है। नहीं आ देख पैसे ही पैसा। मिठे बाबा जी नू मिलो घर विच पैसा, पैसा ही पैसा, पैसा। भाई क्या काम कर दे? माता प्रोग्राम ला के सकलो तो चोर लगते है। ओ जा माता काम कर अपना। उस्ता सोनी बेइज्जती कराई था मेरी। ठंडे दे गिलास हत्था च खोलियो ना अपने। ओ चल केड़े किसी ने देखी है? उस्ताद उपर वाले ने तो देखी है। सेकंड फ्लोर ते भी तो कोई उस्ताद। रब दी गल करदा मैं। ओ अच्छा अच्छा प्रभु दी गल कर रहा। चलो ओ गल छड्ड उस्ताद, मैं तो अक गया बाजा बजाब जाके। बीन बजा ली फिर यार। गल ओ नहीं हैगी उस्ताद, मेरा तो दिल करदा मेरा बहुत बड़ा बैंड होवे ते मैं तन्नू रोज प्रोग्राम ते प्रोग्राम दवां। ओ सरे इन्ना कुछ सोच रहे हैं, मेनू वॉइस ओनर तो रख ले। मिठा बाबा जी नूं मिलू घर विच पैसे ही पैसा। बाबे नूं मिलना पैना यार। तारी डेढ़ चेक कर केड़ी बेली है फोन च। नहीं करदा जी मैं। इक दो तीन हफ्ता महीना उस्ताद भला बेली बेले। बस ठीक है फिर, जद मैंने पैसा मिल गया ना तेनू कट के दऊंगा। उस्ताद मैं कद कट के दऊंगा? जी तो ओवर एक्टिंग करी है, ये पैसे नहीं कटने। चल यार उस्ताद कि बाबा क्लोज करके ना चले आवे। उस्ताद तो तार लो यार। छेती चल हूं। बाबा जी पत्ती बादमा। ओ पा दे लून भी बादमा जी, गले लई ठीक हुंदा है। मिठा सोडा भी बादमा जी। ओ नहीं नहीं भक्ता, मैं कस्टमर भी अटेंड करने है। बाबा जी तुसी बिस्कुट केड़े खाओगे, जीरे वाले के भंग वाले? ओ तू मेरा काम ना भंग करा दी। होया साला भंग दा। बाबा जी बाबा जी बाहर कस्टमर आ गए। अच्छा तू आ कर छेती, तू आ कर। इत्थे आ 50 मीटर अगे। अगे ओ मिठे बाबा जी दी जय हो जी। ओ मिठे बाबा जी दी जय हो। ओ बस बच्चा थानू कुछ दसन दी लोड़ नहीं। आ चको केला ते अगले महीने थोड़े औलाद हो जूंगी। ओ बाबा अखा खोल के देख, अस्ताप बिगड़ी भी औलाद है। मुंडे है ओ। चल कोई ना, तुसी तो नौजवान मुंडे है, शेक बना के पी लियो।
ਓਏ ਹੈ ਬਾਬਾ ਇਹ ਤਾਂ ਆਪ ਪੱਲੀ ਵਿਛਾਈ ਬੈਠਿਆ ਲੱਗਦਾ ਤਾਂ ਆਹੀ ਆਪਾਂ ਨੂੰ ਕਿਆ ਪੈਸੇ ਦਊਗਾ ਚੱਲ ਦੇਖਦੇ ਹਾਂ ਆਜਾ ਜੈ ਹੋ ਬਾਬਾ ਜੈ ਹੋ ਬਸ ਬੱਚਾ ਤੁਹਾਨੂੰ ਕੁਝ ਦੱਸਣ ਦੀ ਲੋੜ ਨਹੀਂ ਉਹ ਬਸ ਬਸ ਬਾਬਾ ਤੈਨੂੰ ਵੀ ਕੁਝ ਦੱਸਣ ਦੀ ਲੋੜ ਨਹੀਂ ਲਿਆਓ ਲਿਆ ਬਾਬਾ ਜੀ ਪੈਸੇ ਦਿਓ ਪੈਸੇ ਆ ਭਰ ਦਿਓ ਜੀ ਉਹ ਸਾਲਿਆ ਤੂੰ ਮੈਨੂੰ ਫੜਾ ਕੇ ਗਿਆ ਸੀ ਲਿਫਾਫਾ ਪਿੱਛੇ ਕਰ ਦੇਖਦਾ ਸਾਲਾ ਉੱਲੂ ਵਾਂਗ ਅੱਛਾ ਤੇ ਤੁਸੀਂ ਪੈਸੇ ਦੇ ਸਿਲਸਿਲੇ ਵਿੱਚ ਆਏ ਹੋ ਹਾਂਜੀ ਹਾਂਜੀ ਬਾਬਾ ਜੀ ਕੀ ਸੋਚ ਰਹੇ ਹੋ ਉਹ ਪੈਸਾ ਤਾਂ ਤੁਹਾਨੂੰ ਇੰਨਾ ਮਿਲ ਜੂਗਾ ਕਿ ਗਿਣਦੇ ਗਿਣਦੇ ਤੁਹਾਡਾ ਥੁੱਕ ਮੁੱਕ ਜੂਗਾ ਚੱਲ ਬਾਬਾ ਜੀ ਸਾਡੇ ਪਰ ਨਾ ਥੁੱਕ ਗੇਰੋ ਜੀ ਸਰੀਰ ਨੂੰ ਪਾਣੀ ਦੀ ਕਮੀ ਹੋ ਜੂਗੀ ਪਰ ਉਹ ਬਾਬਾ ਜੀ ਹੁਣ ਤਾਂ ਸਵਾਦ ਆਉਣ ਲੱਗਿਆ ਸੀ ਤੁਸੀਂ ਪਰ ਵਿੱਚ ਵਾੜਤਾ ਉਹ ਸਵਾਦ ਤਾਂ ਹੁਣ ਆਊਗਾ ਜਦੋਂ ਮੈਂ ਤੁਹਾਨੂੰ ਮਿਸ਼ਨ ਦਊਂਗਾ ਮਿਸ਼ਨ ਕੀ ਗੱਲ ਬਾਬਾ ਜੀ ਮਨੀ ਹਿਸਟ 2 ਬਣਾਉਣ ਲੱਗੇ ਐ ਉਹ ਕਿੱਥੇ ਪੱਕਤਾ ਮੇਰਾ ਤਾਂ ਨੈਟਫਲਿਕਸ ਦਾ ਪੈਕ ਮੁੱਕਿਆ ਪਿਆ ਨਾ ਕੋਈ 200 ਦਾ ਮੱਥਾ ਟੇਕ ਕੇ ਗਿਆ ਫਿਰ ਬਾਬਾ ਜੀ MX ਪਲੇਅਰ ਦੇਖ ਲੈ ਕਰੋ ਉਹ ਤਾਂ ਫ੍ਰੀ ਐ ਪੱਕਤਾ MX ਪਲੇਅਰ ਹੁਣ ਡਾਊਨਲੋਡ ਕਰ ਹੁਣ ਹੀ ਕਰਦਾ ਬਾਬਾ ਜੀ ਉਹ ਕਿਆ ਹੋ ਤੁਸੀਂ MX ਮਨੀ ਹਿਸਟ ਲਾਈ ਐ ਨਾ ਚਾਹ ਨਾ ਪਾਣੀ ਆ ਲਓ ਜੀ ਚਾਹ ਲੈ ਆਪਣਾ ਯਾਰ ਚੱਲ ਚਾਹ ਤਾਂ ਆ ਗਈ ਹੁਣ ਬਾਬਾ ਤਾਂ ਦੱਸਣਾ ਕਿ ਨਹੀਂ ਲੋ ਸੁਣੋ ਫਿਰ ਮੈਨੂੰ ਚਾਹੀਦਾ ਇੱਕ ਬੰਦਾ ਉਹ ਵੀ ਕੱਲ ਸ਼ਾਮ ਤੱਕ ਜਿਹੜਾ ਵੀ ਤੁਹਾਡੇ ਚੋਂ ਉਸ ਬੰਦੇ ਨੂੰ ਮੇਰੇ ਕੋਲ ਲੈ ਕੇ ਆਊਂਗਾ ਮੈਂ ਉਸ ਦੀਆਂ ਜੇਬਾਂ ਪੈਸਿਆਂ ਨਾਲ ਭਰ ਦੂੰਗਾ ਬਸ ਬਾਬਾ ਜੀ ਤੁਸੀਂ ਬੰਦਾ ਦੱਸੋ ਹੈ ਕੌਣ ਹੈ ਪੱਕਤਾ ਲਿਆ ਫੋਟੋ ਆ ਲਓ ਬਾਬਾ ਜੀ ਫੜਾ ਇਹਨਾਂ ਨੂੰ ਓਏ ਉਸਤਾਦ ਇਹ ਤਾਂ ਉਹੀ ਬੁਰਾ ਜਿਹਦੇ ਆਪਾਂ ਪ੍ਰੋਗਰਾਮ ਲਾ ਕੇ ਆਏ ਸੀ ਚੁੱਪ ਕਰ ਜਾ ਚਲੋ ਹੁਣ ਨੜ ਜੋ ਤੇ ਮਿਸ਼ਨ ਤੇ ਧਿਆਨ ਦਿਓ ਬਾਬਾ ਜੀ ਤੁਹਾਡੀ ਮੁੱਕੀ ਨੀ ਅਜੇ ਕਹਾਣੀ ਹਲੇ ਤਾਂ ਕਹਾਣੀ ਸ਼ੁਰੂ ਹੋਈ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਹਾਨੂੰ ਸਾਡੀ ਵੀਡੀਓ ਘੈਂਟ ਲੱਗੀ ਹੋਊਗੀ ਜੀ ਪੈਸੇ ਹੀ ਪੈਸਾ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਅਤੇ ਪਾਰਟ 2 ਵੇਖਣ ਲਈ ਸਾਡੇ ਸਪੀਡ ਬ੍ਰੇਕਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਘੰਟੀ ਵੀ ਦਬਾ ਦਿਓ ਜੀ ਬਾਕੀ ਸ਼ੇਅਰਿੰਗ ਵਾਲਾ ਕੰਮ ਚੱਕ ਕੇ ਰੱਖੋ ਜੀ ਧੰਨਵਾਦ